ਕਿਤੇ ਤੁਹਾਡੇ ਘਰ ਦੇ ਵਿੱਚ ਤਾਂ ਨਹੀਂ ਨਕਲੀ ਸੀਮੈਂਟ ਲੱਗਿਆ? ਕਿਉਂਕਿ ਪੁਲਿਸ ਦੇ ਹੱਥ ਇੱਕ ਵੱਡੀ ਕਾਮਯਾਬੀ ਲੱਗੀ ਹੈ, ਜਿਸ ਦੇ ਵਿੱਚ ਨਕਲੀ ਸੀਮੈਂਟ ਬਣਾਉਣ ਵਾਲੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਤਾਂ ਕਿਹਾ ਜਾ ਰਿਹਾ ਕਿ ਟਰੱਕ ਭਰ ਕੇ ਇਹਨਾਂ ਦੇ ਕੋਲੋਂ ਨਕਲੀ ਸੀਮੈਂਟ ਬਰਾਮਦ ਹੋਇਆ ਅਤੇ ਕਈ ਥੈਲੇ ਜੋ ਨੇ ਉਹ ਬਰਾਮਦ ਕੀਤੇ ਗਏ ਨੇ। ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਕਿ ਪੁਲਿਸ ਨੇ ਨਾਕੇਬੰਦੀ ਕੀਤੀ ਹੋਈ ਸੀ। ਗੁਪਤ ਸੂਚਨਾ ਮਿਲੀ ਸੀ ਕਿ ਇੱਕ ਕੈਂਟਰ ਦੇ ਵਿੱਚ ਭਰ ਕੇ ਨਕਲੀ ਸੀਮੈਂਟ ਲੈ ਕੇ ਜਾਇਆ ਜਾ ਰਿਹਾ, ਤਾਂ ਰਸਤੇ ਦੇ ਵਿੱਚ ਪੁਲਿਸ ਨੇ ਨਾਕੇਬੰਦੀ ਕਰ ਦਿੱਤੀ। ਤਾਂ ਜਦੋਂ ਕੈਂਟਰ ਕੋਲ ਆਇਆ ਤਾਂ ਉਸਦੀ ਤਲਾਸ਼ੀ ਲਈ ਗਈ, ਤਾਂ ਉਸਦੇ ਵਿੱਚੋਂ ਕਰੀਬ 150 ਥੈਲੇ ਨਕਲੀ ਸੀਮੈਂਟ ਦੇ ਬਰਾਮਦ ਹੋਏ ਨੇ। ਹੈਰਾਨੀ ਵਾਲੀ ਗੱਲ ਇਹ ਹੈ ਕਿ ਸੀਮੈਂਟ ਨਕਲੀ ਸੀ ਪਰ ਇਸਦੇ ਜੋ ਥੈਲੇ ਸੀ ਉਹ ਕੰਪਨੀਆਂ ਦੇ ਸੀ। ਕਿਹਾ ਜਾ ਰਿਹਾ ਕਿ 100 ਥੈਲਾ ਇੱਕ ਕੰਪਨੀ ਦਾ ਅਤੇ 50 ਥੈਲੇ ਇੱਕ ਕੰਪਨੀ ਦੇ ਦੱਸੇ ਜਾ ਰਹੇ ਨੇ। ਹਾਲਾਂਕਿ ਮੌਕੇ ਦੇ ਉੱਤੇ ਹੀ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ। ਕੁੱਲ 3 ਲੋਕਾਂ ਦੇ ਉੱਤੇ ਇਹ ਮਾਮਲਾ ਦਰਜ ਕੀਤਾ ਗਿਆ। ਕਿਹਾ ਜਾ ਰਿਹਾ ਕਿ ਇੱਕ ਸੀਮੈਂਟ ਦੀ ਫੈਕਟਰੀ ਜੋ ਹੈ ਇਹਨਾਂ ਦੇ ਵੱਲੋਂ ਲਈ ਗਈ ਸੀ ਅਤੇ ਉਸ ਸੀਮੈਂਟ ਦੀ ਫੈਕਟਰੀ ਦੇ ਗੋਦਾਮ ਦੇ ਵਿੱਚ ਇਹ ਥੈਲੇ ਰੱਖਣ ਜਾ ਰਹੇ ਸੀ, ਪਰ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ। ਤਾਂ 150 ਥੈਲਾ ਨਕਲੀ ਸੀਮੈਂਟ ਦਾ ਜ਼ਬਤ ਕੀਤਾ ਗਿਆ। ਫਿਲਹਾਲ ਪੁਲਿਸ ਦੇ ਵੱਲੋਂ ਲਗਾਤਾਰ ਹੁਣ ਇਸ ਮਾਮਲੇ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ। ਤਾਂ ਤਰਨ ਤਾਰਨ ਤੋਂ ਇਹ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ। ਜਦੋਂ ਸੀਕ੍ਰੇਟ ਇਨਫੋਰਮੇਸ਼ਨ ਮਿਲੀ ਸੀ ਵੀ ਕੈਂਟਰ ਜਿੱਦਾਂ ਮੂੰਹ ਚਿੱਟਾ ਆ ਅਤੇ ਉਹਦਾ ਨੰਬਰ ਸਾਨੂੰ ਪਤਾ ਲੱਗਿਆ ਸੀ, ਇਹ ਨੰਬਰ 'ਤੇ ਜਾਲੀ ਸੀਮੈਂਟ ਆ ਰਿਹਾ ਹੈ, PP06BB1397 ਜਿਹਨੂੰ ਹਰਪਾਲ ਸਿੰਘ ਟਰੈਵਲ ਚਲਾ ਰਿਹਾ ਹੈ, ਜਿਹਨੂੰ ਹੁਣੇ ਚੱਕ ਕੇ ਕਿਤੇ ਨਾਕਾਬੰਦੀ ਕਰ ਚੈਂਗਰ ਦੇ ਪੁਰਾਣੇ ਬਾਈਪਾਸ ਤੋਂ ਇਹ ਤੁਹਾਨੂੰ ਸ਼ਹਿਰ ਵੱਲ ਨੂੰ ਤਰਨ ਤਾਰਨ ਵੱਲ ਨੂੰ ਆ ਰਿਹਾ ਜੀ, ਜਿਹੜਾ ਉਹ ਤੋਂ ਅਸੀਂ ਚੰਗੀ ਧਿਆਨ ਨਾਲ ਚੈਕਿੰਗ ਕੀਤੀ ਤਾਂ ਥੋੜ੍ਹੀ ਦੇਰ ਬਾਅਦ ਕੈਂਟਰ ਆ ਗਿਆ ਜਿਹਦੇ ਖਿਲਾਫ ਸਾਨੂੰ ਸੀਮੈਂਟ ਬਰਾਮਦ ਹੋਇਆ ਹੈ। ਜਿਹੜੇ ਮਾਹਰਾਂ ਦੀ ਟੀਮ ਸੱਦੀ ਆ ਵੀ ਇਹ ਸੀਮੈਂਟ ਜਾਲੀ ਆ ਕੇ ਜਾਂ ਸਹੀ ਹੈ ਜੀ, ਜਿਹਦੇ ਵਿੱਚ 100 ਬੈਗ ਜਿਹੜਾ ਹੈਗਾ ਆ ਉਹ ਸੀਮੈਂਟ ਅੰਬੂਜਾ ਆ ਅਤੇ 50 ਬੈਗ ACC ਹੈ ਜੀ। ਅਕੋਰਡਿੰਗ ਟੂ ਲਾ ਕਾਰਵਾਈ ਕੀਤੀ ਜਾ ਰਹੀ ਹੈ, ਮੁਕਦਮਾ ਦਰਜ ਕਰਤਾ ਆ। ਜਿਹੜਾ ਕੋਈ ਵੀ ਦੋ ਇਹਦੇ ਜਿਸਨੂੰ ਪਤਾ ਲੱਗਾ ਵੀ ਉਹਨੇ ਦੱਸਿਆ ਵੀ ਅਸੀਂ ਫੈਕਟਰੀ ਕੋਲ ਲਈ ਲੱਗ ਕੇ ਤੰਤਾਂ ਦੇ ਲੱਗ ਲੱਗੇ ਹੀ ਹੈ ਜੀ, ਅਤੇ ਉਹ ਅਕੋਰਡਿੰਗ ਟੂ ਲਾ ਕਾਰਵਾਈ ਕੀਤੀ ਜਾ ਰਹੀ ਹੈ। ਅਸੀਂ ਅਫਸਰਾਂ ਨੂੰ ਦੱਸਦਾ ਆ ਅਤੇ ਮਾਜੋ ਕੈਸਲ ਜੀ ਸਾਹਿਬ ਦੀਆਂ ਤਿਆਰਤਾਂ ਮੁਤਾਬਕ ਸਾਰੀ ਕਾਰਵਾਈ ਹੋਈ ਆ। ਮਾਜੋ DSP ਸਾਹਿਬ ਸਾਹਿਬ ਇਨਵੈਸਟੀਗੇਸ਼ਨ ਜਾਰੀ ਹੈ, ਅਕੋਰਡਿੰਗ ਟੂ ਲਾ ਕਾਰਵਾਈ ਕੀਤੀ ਜਾ ਰਹੀ ਹੈ। ਜਿਹੜਾ ਵੀ ਚਾਹੂਗਾ ਉਹਨੂੰ ਛੱਡਿਆ ਨਹੀਂ ਜਾਊਗਾ, ਅਕੋਰਡਿੰਗ ਟੂ ਲਾ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਇਹ ਪੰਜਾਬ ਦੇ ਹੀ ਹੈ ਜੀ, ਮਹਾਰਾਜੀ ਟੀਮ ਸਾਨੂੰ ਲਿਖੀ ਰਾਏ ਜਾ ਰਹੀ ਆ, ਆ ਗਏ ਸਾਡੇ ਕੋਲ।